ਘੰਟੇ ਤੇ ਚਲਾਣ ਆਏ ਸੀ ਬੰਦੇ ਗੋਲੀਆਂ? ਪਤਾ ਨਹੀਂ ਭਾਈ ਸਰ ਕੀ ਕਾਰਨ ਹੈ ਕੋਈ ਮੈਨੂੰ ਦੱਸ ਦਿਓ ਕੀ ਰੰਜਿਸ਼ ਕੀ ਹੈ? ਖੜੀ ਗੱਡੀ ਚ ਗੋਲੀਆਂ ਚੱਲ ਗਈਆਂ ਭਾਈ ਨਹੀਂ ਖੜੀ ਗੋਲੀ ਤੇ ਗੱਲਬਾਤ ਹੋਊਗੀ ਸਰ ਕੋਈ ਚੱਕਰ ਨਹੀਂ ਹੈ ਇੱਕ ਟਰੈਵਲ ਏਜੰਟ ਦੇ ਉੱਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਉੱਤੇ ਹਮਲਾ ਉਸ ਵੇਲੇ ਕੀਤਾ ਜਾਂਦਾ ਹੈ ਜਦੋਂ ਉਹ ਪਾਰਕਿੰਗ ਦੇ ਵਿੱਚ ਆਪਣੀ ਗੱਡੀ ਲਗਾ ਕੇ ਗਿਆ ਹੁੰਦਾ ਅਤੇ ਅਚਾਨਕ ਉਸ ਦੀ ਗੱਡੀ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, 3 ਦੇ ਕਰੀਬ ਫਾਇਰ ਕੀਤੇ ਜਾਂਦੇ ਨੇ। ਗੱਡੀ ਦਾ ਕੀ ਹਾਲ ਹੋਇਆ ਪਿਆ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਫਾਇਰਿੰਗ ਕਰਨ ਵਾਲੇ ਕਿੱਥੋਂ ਆਏ ਸਨ, ਕਿਹੜੇ ਕਾਰਨ ਕਰਕੇ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿਉਂਕਿ ਗੋਲੀਆਂ ਚਲਾਉਣ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪੁਲਿਸ ਜਾਂਚ ਪੜਤਾਲ ਕਰ ਰਹੀ ਹੈ। ਮਾਮਲਾ ਜੋ ਹੈ ਜਲੰਧਰ ਦੇ ਬੱਸ ਸਟੈਂਡ ਦੇ ਬਾਹਰ ਪਾਰਕਿੰਗ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਟਰੈਵਲ ਏਜੰਟ ਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ, 3 ਦੇ ਕਰੀਬ ਗੋਲੀਆਂ ਚਲਾਈਆਂ ਜਾਂਦੀਆਂ ਨੇ। ਮੌਕੇ 'ਤੇ ਪੁਲਿਸ ਪਹੁੰਚਦੀ ਹੈ, ਗੋਲੀਆਂ ਦੇ ਛੱਰੇ ਜੋ ਹੈ ਬਰਾਮਦ ਕਰ ਲਏ ਗਏ ਨੇ, ਆਲੇ ਦੁਆਲੇ ਦੇ CCTV ਫੁਟੇਜ ਜੋ ਹੈ ਖੰਗਾਲੀ ਜਾ ਰਹੀ ਹੈ। ਤਾਂ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ, ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਤਾਂ ਤਸਵੀਰਾਂ ਤੁਸੀਂ ਉਸ ਗੱਡੀ ਦੀਆਂ ਵੇਖ ਸਕਦੇ ਹੋ ਕਿ ਜਿਸ ਦੇ ਉੱਤੇ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਗੋਲੀਆਂ ਲਗਾਤਾਰ ਚਲਾਈਆਂ ਗਈਆਂ ਨੇ, 3 ਦੇ ਕਰੀਬ ਫਾਇਰ ਕੀਤੇ ਗਏ ਨੇ, ਗੱਡੀ ਦਾ ਸ਼ੀਸ਼ਾ ਪੂਰੀ ਤਰ੍ਹਾਂ ਨੁਕਸਾਨਿਆ ਹੋਇਆ ਹੈ, ਗੋਲੀਆਂ ਦੇ ਨਿਸ਼ਾਨ ਵੀ ਤੁਸੀਂ ਇਸ ਗੱਡੀ ਦੇ ਉੱਤੇ ਵੇਖ ਸਕਦੇ ਹੋ। ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅਤੇ ਫਾਇਰਿੰਗ ਕਰਨ ਤੋਂ ਬਾਅਦ ਇਹ ਹਮਲਾਵਰ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਪਾਰਕਿੰਗ ਹੈ ਜਿੱਥੇ ਕਿ ਇਹ ਫਾਇਰਿੰਗ ਕੀਤੀ ਗਈ ਹੈ, ਬੜੀ ਭੀੜ ਭਾੜ ਵਾਲਾ ਇਲਾਕਾ ਹੈ। ਦਿਨ ਦਿਹਾੜੇ ਜੋ ਹੈ ਇਹਨਾਂ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਕਿਹੜੇ ਕਾਰਨ ਕਰਕੇ ਗੋਲੀਆਂ ਚਲਾਈਆਂ ਨੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। ਟਰੈਵਲ ਏਜੰਟ ਦੇ ਉੱਤੇ ਗੋਲੀਆਂ ਚਲਾਉਣ ਦੇ ਮਨਸੂਬਿਆਂ ਦੇ ਨਾਲ ਇਹ ਪਹੁੰਚੇ ਸਨ ਹਮਲਾਵਰ, ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਇਹ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਗੋਲੀਆਂ ਦੇ ਨਿਸ਼ਾਨ ਤੁਸੀਂ ਆਪ ਇਸ ਗੱਡੀ ਦੇ ਉੱਤੇ ਵੇਖ ਸਕਦੇ ਹੋ ਕਿ ਕਿਵੇਂ ਇਸ ਗੱਡੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ, 3 ਦੇ ਕਰੀਬ ਫਾਇਰ ਕੀਤੇ ਗਏ ਨੇ। ਘੰਟੇ ਤੇ ਚਲਾਣ ਆਏ ਸੀ ਬੰਦੇ ਗੋਲੀਆਂ? ਪਤਾ ਨਹੀਂ ਭਾਈ ਸਰ ਕੀ ਕਾਰਨ ਹੈ ਕੋਈ ਮੈਨੂੰ ਦੱਸ ਦਿਓ ਕੀ ਰੰਜਿਸ਼ ਕੀ ਹੈ? ਖੜੀ ਗੱਡੀ 'ਚ ਗੋਲੀਆਂ ਚੱਲ ਗਈਆਂ ਭਾਈ ਨਹੀਂ ਖੜੀ ਗੋਲੀ ਤੇ ਗੱਲਬਾਤ ਹੋਊਗੀ ਸਰ, ਕੋਈ ਚੱਕਰ ਨਹੀਂ ਹੈ ਭਾਈ, ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਦੇ ਸ਼ੱਕ ਸਰ ਗੋਲੀਆਂ ਪਾਰਕਿੰਗ ਵਾਲੇ ਨੇ ਪਤਾ ਭਾਈ ਅਸੀਂ ਤੇ ਅੰਦਰ ਬੈਠੇ ਨਹੀਂ, ਚਲਾਣ ਦਾ ਕਾਰਨ ਕੀ ਹੈ ਜੀ? ਕੋਈ ਬੰਦੇ ਨਾਲ ਤੁਹਾਡੀ ਰੰਜਿਸ਼ ਹੈ ਜਾਂ ਜਾਂ ਤੇ ਚਲਾਣ ਨੂੰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ? ਕਦੋਂ ਗੱਡੀ ਖੜੀ ਕਰੀ ਸੀਗਾ ਉਸ ਵਕਤ? ਕੋਈ ਨਾਮ ਕੀ ਸੀ ਤੁਹਾਡਾ? ਇੰਦਰਜੀਤ ਹੋਈ ਕਾਹਦਾ ਕੰਮ ਸਰ? ਇਮੀਗ੍ਰੇਸ਼ਨ ਦਾ ਭਾਈ ਜੀ, ਜਦੋਂ ਗੋਲੀਆਂ ਚਲੀਆਂ ਗੱਡੀ 'ਚ ਸੀ ਉਸ ਵਕਤ ਕੋਈ ਨਹੀਂ? ਕੋਈ ਨਹੀਂ ਭਾਈ, ਖੜੀ ਗੱਡੀ ਖੜੀ ਗੱਡੀ ਦੇ ਬਾਅਦ ਨਹੀਂ, ਤੁਸੀਂ ਉਸ ਮੌਕੇ ਕਿੱਥੇ ਸੀ? ਮੈਂ ਆਪਣੇ ਆਫਿਸ 'ਚ ਬੈਠਾ ਸੀ। ਕਿੰਨੇ ਰੂਮ ਫਾਇਰ ਹੋਏ? ਇਹ ਤਾਂ ਭਾਈ ਮੈਨੂੰ ਪਤਾ ਨਹੀਂ, ਹੁਣ ਤਾਂ ਫੋਰਸਿੰਗ ਵਾਲੇ ਭਾਈ ਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ? ਕੋਈ ਕਿਸੇ ਜਿੰਨੀਆਂ ਵੀ ਗੋਲੀਆਂ ਚੱਲੀਆਂ ਕਿੱਧਰ ਫੋਨ ਆਇਆ ਹੋਵੇ ਭਾਈ, ਕਿਸੇ ਦਾ ਕੋਈ ਕਾਲ ਨਹੀਂ? ਕੋਈ ਤੁਹਾਨੂੰ ਕੋਈ ਲੱਗਦਾ ਹੈ ਕਿ ਤੁਹਾਡੇ ਨਾਲ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਜਾਂ ਕੋਈ ਕਾਰਨ ਹੈ? ਭਾਈ ਹੈ ਹੀ ਨਹੀਂ ਭਾਈ, ਨਹੀਂ ਗੱਡੀਆਂ ਤੇ ਇੱਥੇ ਭਾਜੀ ਬਹੁਤ ਲੱਗੀਆਂ, ਘੱਟੋ ਘੱਟ ਪਾਰਕਿੰਗ 'ਚ 50 ਗੱਡੀ ਲੱਗੀ, ਤੁਹਾਡੀ ਗੱਡੀ 'ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ ਗਈਆਂ? ਪੁਲਿਸ ਵਾਲੇ ਕਰਨਗੇ ਭਾਈ, ਉਹ ਦੱਸਣਗੇ ਚਲੋ ਠੀਕ ਹੈ। ਫਾਇਰਿੰਗ ਹੋਈ ਹੈ, ਕੀ ਇਹ ਪੂਰਾ ਮਾਮਲਾ ਦੱਸ ਦਿਓ ਸਾਡੇ ਕੋਲ। 12:15 ਇਨਫੋਰਮੇਸ਼ਨ ਆਈ ਆ ਕਿ ਪਾਰਕਿੰਗ ਦੇ ਵਿੱਚ ਫਾਇਰਿੰਗ ਹੋ ਗਈ ਹੈ। ਇੱਥੇ ਜਦੋਂ ਆਏ ਹਾਂ ਡੈਲਟਾ
ਕੈਂਪਾਂ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਇੱਕ ਇਮੀਗ੍ਰੇਸ਼ਨ ਦਾ ਕੰਮ ਆ ਉਹਨਾਂ ਦਾ, ਅਤੇ ਉਹਨਾਂ ਦੱਸਿਆ ਵੀ ਮੇਰੀ ਗੱਡੀ ਪਾਰਕਿੰਗ 'ਚ ਚਿੱਟੇ ਰੰਗ ਦੀ ਖੜ੍ਹੀ ਸੀਗੀ, ਅਤੇ ਲਿੰਕ ਰੋਡ ਰਾਹੀਂ ਤਿੰਨ ਮੋਨੇ, ਇੱਕ ਸਰਦਾਰ ਦੇ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪਿਛਲੇ ਪਾਸੇ ਸ਼ੀਸ਼ੇ ਦੇ ਫੈਕਟ 'ਤੇ ਚਲੇ ਗਏ, ਫਰਾਰ ਹੋ ਗਏ। ਅਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤੈਨਾਤ ਸੀ ਮੌਜੂਦ ਸੀ? ਉਹਦੇ ਪੈਸੇ ਗੱਡੀ ਪਾਰਕਿੰਗ 'ਚ ਖੜ੍ਹੀ ਸੀ। ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੇ ਰੰਜਿਸ਼ ਵਗੈਰਾ ਜਾਂ ਸ਼ੱਕ ਕੋਈ? ਤਰੀਕ ਹੁੰਦੇ ਆ, ਤਫਤੀਸ਼ ਹੁੰਦੀ ਹੈ ਜੋ ਵੀ ਸਾਡੇ ਸੰਦੇ ਸਰ। ਕਿੰਨੇ ਰੋਡ, ਕਿੰਨੇ ਖੋਲ ਬਰਾਮਦ ਹੋਏ? ਪਿਛਲੇ ਪਾਸੇ ਹੋਏ ਆ, ਸਾਡੇ ਕੋਲ ਇੱਕ ਪੇਂਦਾ ਮਿਲਿਆ ਸਿਰਫ ਇਕੱਲਾ ਇੱਕ, ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਤੱਥੇ ਪਏ ਆ ਜੀ। ਓਕੇ, ਅਤੇ ਗੱਲ ਕਰੀਏ ਕਿੰਨੇ ਫਾਇਰ ਹੋਏ? ਕਿੰਨੇ ਮੌਕੇ ਦੇ ਜਿਹੜੇ ਖੋਲ ਹੈ ਫਾਇਰ ਹੋਏ ਨੇ? ਤਿੰਨ ਕੁ ਫਾਇਰ ਹੋਏ ਆ, ਤੇ ਬਾਕੀ ਜਾਂਚ ਕਰ ਰਹੇ ਆ ਫਾਇਰ ਸੁਖ ਜਾਂਚ ਟੀਮ ਸਾਡੇ। ਬਾਈ, ਸੀਸੀਟੀਵੀ ਹੈ ਇੱਥੇ ਜਿੱਥੋਂ ਆਰੋਪੀਆਂ ਬਾਰੇ ਪਤਾ ਲੱਗ ਸਕਦਾ ਹੈ? ਸੀਸੀਟੀਵੀ ਤਫਤੀਸ਼ ਹੋ ਰਹੀ ਆ ਜੀ, ਤਫਤੀਸ਼ ਹਰੇਕ ਐਂਗਲ ਤੋਂ ਤਫਤੀਸ਼ ਹੋ ਰਹੀ ਹੈ। ਉਸ ਤੋਂ ਬਾਅਦ ਜੋ ਸਾਹਮਣੇ ਸੱਚਾਈ ਹੈ ਤਾਂ ਦੱਸੀ ਜਾਊਗੀ। ਫਾਇਰ ਪਾਰਕਿੰਗ ਪਾਸੇ ਚਾਹੀਦਾ। ਇੱਕ ਹੀ ਕੰਮ ਕੀ ਕਰਦੇ ਨੇ ਜਿਹੜੇ? ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਆ ਜੀ, ਡੈਲਟਾ ਚੈਂਬਰ ਦੇ ਵਿੱਚ ਦਫ਼ਤਰ ਇਹਨਾਂ ਦਾ। ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗਾ? ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਤਾੜ ਤਾੜ ਦੀ ਆਵਾਜ਼ਾਂ ਸੁਣੀਆਂ, ਛੋਟੇ ਛੋਟੇ ਇਕੱਠੇ ਸੀਗੇ, ਪਾਰਕਿੰਗ ਦਾ ਇੱਕ ਮੁੰਡਾ ਸੀਗਾ, ਉਹਨੂੰ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਲੋਕ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਏ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਸੀ? ਨਹੀਂ, ਕੋਈ ਸਾਡੇ ਕੋਲ ਤਾਂ ਹੈ ਨਹੀਂ, ਫਿਰ ਵੀ ਉਹ ਥਾਣੇ ਗਏ ਆ, ਜੋ ਵੀ ਗੱਲ ਸਾਹਮਣੇ ਸੱਚਾਈ ਤਾਂ ਦੱਸ ਰਹੇ। ਸਰ, ਇਹ ਆਮ ਤੌਰ 'ਤੇ ਹੀ ਹੋ ਗਿਆ ਜੀ, ਜਲੰਧਰ ਦੇ ਵਿੱਚ ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ। ਜੋ ਸੱਚਾਈ ਹੋ ਗਈ? ਨਹੀਂ ਨਹੀਂ, ਸੱਚਾਈ ਤਾਂ ਠੀਕ ਹੈ ਜੀ, ਮਗਰ ਰੋਜ਼ ਹੀ ਗੋਲੀਆਂ ਚੱਲ ਰਹੀਆਂ ਸਰ, ਕਿਵੇਂ ਰੁਕੂਗਾ ਜੀ? ਕੈਦ ਫੜੇ ਜਾਣ ਸ਼ਾਮ ਤੱਕ ਸਾਰੀ ਕਾਰਵਾਈ ਹੋਊਗੀ। ਕੋਈ ਸੀਸੀਟੀਵੀ ਵਗੈਰਾ ਦੇਖੀ ਤੁਸੀਂ? ਦੇਖੋ ਜੀ, ਕਰ ਰਹੇ ਹਾਂ ਖਾਲਣ ਦੇ, ਦੇਖੋ ਸਾਹਮਣੇ ਕੈਮਰਾ ਇੱਕ ਵੀਜ਼ਾ 24 ਵਾਲਿਆਂ ਦਾ, ਉਹ ਵੀ ਦੇਖਣ ਲੱਗੇ। ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ, ਕੀ ਕਾਰਨ ਕੀ ਲੱਗਦਾ? ਕੁਛ ਨਹੀਂ ਦੱਸ ਸਕਦੇ। ਉਹਨਾਂ ਨੇ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੁਛ ਇਹਦਾ ਗੱਲ ਹੋਈ? ਕਿਉਂਕਿ ਟੀਮ ਨਾਲ ਜਿਹੜਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇ ਹੋਵੇ, ਨਹੀਂ ਕੋਈ ਲੈਣ ਦੇਣ ਦਾ ਮਾਮਲਾ ਹੋਵੇ, ਦੱਸ ਸਕਦੇ ਸਾਰੇ ਉਠਾਣੇ ਗਏ ਆ? ਜਿਹੜੀ ਸਰ ਸੁਖਜਾਨ ਦੀ ਕੋਈ ਟੀਮ ਆਈ ਆ ਉਹ ਦੇਖੂਗੀ, ਜੋ ਤਫਤੀਸ਼ ਹੋਊਗੀ ਤੁਹਾਡੇ ਸਾਹਮਣੇ। ਬਲਜਿੰਦਰ ਜੀ, ਜਿੱਦਾਂ ਕੌਸ਼ਲ ਇਹਨਾਂ ਨੇ ਦੱਸਿਆ, ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਨਾਮ ਲਿਖਿਆ ਹੋਇਆ ਸੀਗਾ, ਪਰ ਟ੍ਰੋਫੀ ਦੀ ਪਰ ਉਹ ਪਹਿਲਾਂ ਕਹਿੰਦਾ ਸ਼ੀਸ਼ੇ ਦੇ ਬਾਅਦ ਚਪਕਾ ਗਏ ਸੀਗੇ, ਕੌਸ਼ਲ ਚੌਧਰੀ ਲਿਖਿਆ 5 ਕਰੋੜ ਰੁਪਈਆ ਬਸ। ਅੱਛਾ, ਤਾਂ ਫੇਕ ਹੈਗਾ ਕਿਸੇ ਨੇ ਕੋਈ ਇੱਥੇ ਕੋਈ ਇੱਦਾਂ ਦੀ ਗੱਲਬਾਤ ਸਾਹਮਣੇ ਆਈ ਨਹੀਂ ਮੈਨੂੰ। ਦੇਖੋ ਬਾਕੀ ਉਹ ਗਏ ਆ ਥਾਣੇ, ਸਰ ਸੁਜਾ ਟੀਮ ਜਿਹੜੀ ਹੁਣ ਅਗਲੀ ਸਰ ਕੀ ਕਾਰਵਾਈ ਕੀਤੀ ਹੈ? ਅਗਲੀ ਮੁਕਦਮਾ ਦਰਜ ਕਰਾਂਗੇ, ਤਫਤੀਸ਼ ਹੋਊਗੀ। ਕੀ ਨਾਮ ਸਰ ਆਪਣਾ? ਮੇਰਾ ਨਾਮ ਐਸ ਬਲਵਿੰਦਰ ਸਿੰਘ ਡਿਊਟੀ ਆ ਠੀਕ ਆ ਨਵੀਂ ਬਾਰਾਤ। ਤੁਹਾਡੇ ਤੇ ਚਲਾਣਾ ਹੈ, ਤੁਹਾਡੇ ਤੇ ਚਲਾਣਾ ਹੈ ਸੀ ਬੰਦੇ ਗੋਲੀਆਂ? ਪਤਾ ਨਹੀਂ ਭਾਈ ਸਰ ਕੀ ਕਾਰਨ ਸੀ, ਮੈਨੂੰ ਦੱਸ ਦਿਓ। ਕੀ ਰੰਜਿਸ਼ ਸੀ? ਖੜੀ ਗੱਡੀ 'ਚ ਗੋਲੀਆਂ ਚੱਲ ਗਈਆਂ ਭਾਈ ਸਾਨੂੰ? ਨਹੀਂ, ਖੜੀ ਕੋਈ ਤੇ ਗੱਲਬਾਤ ਹੋਊਗੀ ਸਰ, ਕੋਈ ਚੱਕਰ ਨਹੀਂ ਹੈ ਭਾਈ, ਪਤਾ ਹੀ ਨਹੀਂ ਸਾਨੂੰ ਕਿੰਨੇ ਲੋਕ ਸੀ ਤੇ ਸ਼ੱਕ ਸਰ ਕੋਲ ਗੋਲੀਆਂ ਪਾਰਕਿੰਗ ਵਾਲੇ ਨੇ ਪਤਾ ਭਾਈ ਅਸੀਂ ਤੇ ਅੰਦਰ ਬੈਠੇ ਨਹੀਂ। ਚਲਾਨ ਦਾ ਕਾਰਨ ਕੀ ਹੈ ਜੀ, ਕੋਈ ਬੰਦੇ ਨਾਲ ਤੁਹਾਡੀ ਰੰਜਿਸ਼ ਹੈ ਜਾਂ ਜਾਣ ਤੇ ਸ਼ਾਨ ਨੂੰ ਕਿਸੇ ਨਾਲ ਕੋਈ ਰੰਜਿਸ਼ ਨਹੀਂ ਭਾਈ? ਕਦੋਂ ਗੱਡੀ ਖੜੀ ਕਰੀ ਸੀਗਾ ਉਸ ਵਕਤ ਕੋਈ? ਕੀ ਨਾਮ ਸੀ ਸਰ ਤੁਹਾਡਾ? ਇੰਦਰਜੀਤ ਭਾਈ। ਕਾਹਦਾ ਕੰਮ ਸਰ? ਇਮੀਗ੍ਰੇਸ਼ਨ ਦਾ ਭਾਈ। ਭਾਜੀ, ਜਦੋਂ ਗੋਲੀਆਂ ਚੱਲੀਆਂ ਗੱਡੀ 'ਚ ਸੀ ਉਸ ਵਕਤ ਕੋਈ? ਨਹੀਂ, ਕੋਈ ਨਹੀਂ ਹੈ ਭਾਈ, ਖੜੀ ਗੱਡੀ। ਖੜੀ ਗੱਡੀ ਦੇ ਮਾਰ ਗਿਆ? ਨਹੀਂ, ਤੁਸੀਂ ਉਸ ਮੌਕੇ ਕਿੱਥੇ ਸੀ? ਮੈਂ ਆਪਣੇ ਆਫਿਸ 'ਚ ਬੈਠਾ। ਕਿੰਨੇ ਰੂਮ ਫਾਇਰ ਹੋਏ? ਇਹ ਤਾਂ ਭਾਜੀ ਪਤਾ ਨਹੀਂ ਹੁਣ ਤੇ ਫੋਰਿੰਗ ਵਾਲੇ ਭਾਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ? ਕੋਈ ਕਿਸੇ ਜਿੰਨੀਆਂ ਵੀ ਗੋਲੀਆਂ ਚੱਲੀਆਂ ਕਿੱਧਰ ਫੋਨ ਆਇਆ ਹੋਵੇ ਭਾਈ, ਕਿਸੇ ਦਾ ਕੋਈ ਕਾਲ ਨਹੀਂ? ਕੋਈ ਨਹੀਂ, ਕੋਈ ਤੁਹਾਨੂੰ ਕੋਈ ਲੱਗਦਾ ਕਿ ਤੁਹਾਡਾ ਨਾਲ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਜਾਂ ਕੋਈ ਕਾਰਨ ਹੈ? ਭਾਜੀ ਹੈ ਹੀ ਨਹੀਂ ਭਾਜੀ। ਨਹੀਂ, ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ ਘੱਟੋ ਘੱਟ ਪਾਰਕਿੰਗ 'ਚ 50 ਗੱਡੀ ਲੱਗੀ, ਤੁਹਾਡੀ ਗੱਡੀ 'ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ? ਪੁਲਿਸ ਵਾਲੇ ਕਰਨਗੇ ਭਾਈ, ਉਹੀ ਦੱਸਣਗੇ। ਚਲੋ ਠੀਕ ਹੈ, ਫਾਇਰਿੰਗ ਹੋਈ ਹੈ, ਕੀ ਹੈ ਪੂਰਾ ਮਾਮਲਾ ਦੱਸ ਦਿਓ। ਸਾਡੇ ਕੋਲ 12:15 ਇਨਫੋਰਮੇਸ਼ਨ ਆਈ ਆ ਕਿ ਪਾਰਕਿੰਗ ਦੇ ਵਿੱਚ ਫਾਇਰਿੰਗ ਹੋ ਗਈ ਆ। ਇੱਥੇ ਜਦੋਂ ਆਏ ਆ ਡੈਲਟਾ ਚੈਂਬਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਇੱਕ ਇਮੀਗ੍ਰੇਸ਼ਨ ਦਾ ਕੰਮ ਆ ਉਹਨਾਂ ਦਾ, ਅਤੇ ਉਹਨਾਂ ਦੱਸਿਆ ਵੀ ਮੇਰੀ ਗੱਡੀ ਪਾਰਕਿੰਗ 'ਚ ਚਿੱਟੇ ਰੰਗ ਦੀ ਖੜ੍ਹੀ ਸੀਗੀ, ਅਤੇ ਲਿੰਕ ਰੋਡ ਰਾਹੀਂ ਤਿੰਨ ਮੋਨੇ, ਇੱਕ ਸਰਦਾਰ ਦੇ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪਿਛਲੇ ਪਾਸੇ ਸ਼ੀਸ਼ੇ ਦੇ ਫੈਕਟ 'ਤੇ ਚਲੇ ਗਏ, ਫਰਾਰ ਹੋ ਗਏ। ਅਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤੈਨਾਤ ਸੀ ਮੌਜੂਦ ਸੀ? ਉਹਦੇ ਪੈਸੇ ਗੱਡੀ ਪਾਰਕਿੰਗ 'ਚ ਖੜ੍ਹੀ ਸੀ। ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੇ ਰੰਜਿਸ਼ ਵਗੈਰਾ ਜਾਂ ਸ਼ੱਕ ਕੋਈ? ਤਰੀਕ ਹੁੰਦੇ ਆ, ਤਫਤੀਸ਼ ਹੁੰਦੀ ਹੈ ਜੋ ਵੀ ਸਾਡੇ ਸੰਦੇ ਸਰ। ਕਿੰਨੇ ਰੋਡ, ਕਿੰਨੇ ਖੋਲ ਬਰਾਮਦ ਹੋਏ? ਪਿਛਲੇ ਪਾਸੇ ਹੋਏ ਆ, ਸਾਡੇ ਕੋਲ ਇੱਕ ਪੇਂਦਾ ਮਿਲਿਆ ਸਿਰਫ ਇਕੱਲਾ ਇੱਕ, ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਤੱਥੇ ਪਏ ਆ ਜੀ। ਓਕੇ, ਅਤੇ
ਗੱਲ ਕਰੀਏ ਕਿੰਨੇ ਫਾਇਰ ਹੋਏ ਕਿੰਨੇ ਮੌਕੇ ਦੇ ਜਿਹੜੇ ਖੋਲ ਹੈ ਤਿੰਨ ਕੁ ਫਾਇਰ ਹੋਏ ਆ ਤੇ ਬਾਕੀ ਜਾਂਚ ਕਰ ਰਹੇ ਫਾਇਰ ਸਭ ਜਾਂਚ ਟੀਮ ਸਾਡੇ ਬਾਈ ਸੀ ਸੀ ਟੀ ਵੀ ਹੈ ਇੱਥੇ ਜਿੱਥੋਂ ਆਰੋਪੀਆਂ ਬਾਰੇ ਪਤਾ ਲੱਗ ਸਕਦਾ ਹੈ ਸੀ ਸੀ ਟੀ ਵੀ ਤਫਤੀਸ਼ ਹੋ ਰਹੀ ਆ ਜੀ ਤਫਤੀਸ਼ ਹਰੇਕ ਐਂਗਲ ਤੋਂ ਤਫਤੀਸ਼ ਹੋ ਰਹੀ ਹੈ ਉਸ ਤੋਂ ਬਾਅਦ ਜੋ ਸਾਹਮਣੇ ਸੱਚਾਈ ਹੈ ਤਾਂ ਦੱਸੀ ਜਾਊਗੀ ਫਾਇਰ ਫਾਇਰ ਉਹਦੇ ਪਿੱਛੇ ਪਾਸੇ ਚੱਲ ਰਿਹਾ ਇਹ ਕੀ ਕੰਮ ਕੀ ਕਰਦੇ ਨੇ ਜਿਹੜੇ ਇਹਨਾਂ ਨਾਲ ਇਮੀਗ੍ਰੇਸ਼ਨ ਦਾ ਕੰਮ ਆ ਜੀ ਡੈਲਟਾ ਚੈਂਬਰ ਦੇ ਵਿੱਚ ਦਫ਼ਤਰ ਇਹਨਾਂ ਦਾ ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਤਾੜ ਤਾੜ ਦੀ ਆਵਾਜ਼ਾਂ ਸੁਣੀਆਂ ਸਕਿਉਰਟੀ ਬੜੇ ਇਕੱਠੇ ਸੀਗੇ ਪਾਰਕਿੰਗ ਦਾ ਇੱਕ ਮੁੰਡਾ ਸੀ ਉਹਨੂੰ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਨਾਮ ਲੋ ਬੜੇ ਗੋਲੀਆਂ ਮਾਰ ਕੇ ਫਰਾਰ ਹੋ ਗਏ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਨਹੀਂ ਨਹੀਂ ਕੋਈ ਸਾਡੇ ਕੋਲ ਤਾਂ ਹੈ ਨਹੀਂ ਫਿਰ ਵੀ ਉਹ ਥਾਣੇ ਗਏ ਆ ਜੋ ਵੀ ਗੱਲ ਸਾਹਮਣੇ ਸਚਾਈ ਤਾਂ ਦੱਸ ਦਿੰਦੇ ਸਰ ਇਹ ਆਮ ਤੌਰ ਤੇ ਹੋ ਗਿਆ ਜੀ ਜਲੰਧਰ ਦੇ ਵਿੱਚ ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ ਜੋ ਸਚਾਈ ਹੋ ਗਈ ਨਹੀਂ ਨਹੀਂ ਸਚਾਈ ਤਾਂ ਠੀਕ ਹੈ ਜੀ ਮਗਰ ਰੋਜ਼ ਹੀ ਗੋਲੀਆਂ ਚੱਲ ਰਹੀਆਂ ਸਰ ਕਿਵੇਂ ਰੁਕੂਗਾ ਜੀ ਕੈਦ ਫੜੇ ਜਾਣ ਸ਼ਾਮ ਤੱਕ ਸਾਰੀ ਕਾਰਵਾਈ ਹੋ ਗਈ ਕੋਈ ਸੀਸੀਟੀਵੀ ਵਗੈਰਾ ਦੇਖੀ ਤੁਸੀਂ ਦੇਖੋ ਇਹ ਕਰ ਰਹੇ ਆ ਖਾਲਣ ਦੇ ਆ ਦੇਖੋ ਸਾਹਮਣੇ ਕੈਮਰਾ ਇੱਕ ਪੀਜ਼ਾ 24 ਵਾਲਿਆਂ ਦਾ ਉਹ ਵੀ ਦੇਖਣ ਲੱਗੇ ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ ਕੀ ਕਾਰਨ ਕੀ ਲੱਗਦਾ ਕੁਛ ਨਹੀਂ ਦੱਸਦੇ ਉਹਨਾਂ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੁਛ ਇਹਦਾ ਕੋਈ ਗੱਲ ਹੋਈ ਕਿਉਂਕਿ ਟ੍ਰੈਵਲ ਏਜੰਟ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇਣ ਹੋਵੇ ਨਹੀਂ ਕੋਈ ਲੈਣ ਦੇਣ ਦਾ ਮਾਮਲਾ ਹੋਵੇ ਦੱਸ ਸਕਦੇ ਸਰ ਉਹ ਥਾਣੇ ਗਏ ਆ ਜਿਹੜੀ ਫਾਇਰ ਸਬਜਾਨ ਦੀ ਕੋਈ ਟੀਮ ਆਈ ਆ ਉਹ ਦੇਖੂਗੀ ਜੋ ਤਫਤੀਸ਼ ਹੋਊਗੀ ਤੁਹਾਡੇ ਸਾਹਮਣੇ ਰਜਿੰਦਰ ਜੀ ਜਿੱਦਾਂ ਕੁਛ ਇਹਨਾਂ ਨੇ ਦੱਸਿਆ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਨਾਮ ਲਿਖਿਆ ਹੋਇਆ ਸੀਗਾ ਔਰ ਟ੍ਰੋਫੀ ਦੀ ਪਰ ਉਹ ਪਹਿਲਾਂ ਕਹਿੰਦਾ ਸ਼ੀਸ਼ੇ ਦੇ ਬਾਅਦ ਚੱਪਾ ਗਏ ਸੀਗੇ ਕੌਸ਼ਲ ਚੌਧਰੀ ਲਿਖਿਆ 5 ਕਰੋੜ ਰੁਪਈਆ ਬਸ ਉਹ ਤਾਂ ਫੇਕ ਹੈਗਾ ਕਿਸੇ ਨੇ ਕੋਈ ਇੱਥੇ ਕੋਈ ਇੱਦਾਂ ਦੀ ਗੱਲਬਾਤ ਸਾਹਮਣੇ ਆਈ ਨਹੀਂ ਮੇਰੇ ਦੇਖੋ ਬਾਕੀ ਉਹ ਗਏ ਆ ਥਾਣੇ ਸੈਲਫ ਚਾਰ ਟੀਮ ਜਿਹੜੀ ਹੁਣ ਅਗਲੀ ਸਰ ਕੀ ਕਾਰਵਾਈ ਕੀਤੀ ਹੈ ਜੀ ਅਗਲੀ ਮੁਕਦਮਾ ਦਰਜ ਕਰਾਂਗੇ ਤਾਂ ਪੀਸ ਹੋ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਹੈ ਸਰ ਬਲਵਿੰਦਰ ਸਿੰਘ ਜੁਟੀਆ ਨਵੀਂ ਬਾਤ